ऐसा नाम निरंजन हो, ऐसा नाम निरंजन हो, ऐसा नाम निरंजन हो। जे को मन जाने मन कोए, जे को मन जाने मन कोए, ऐसा नाम, ऐसा नाम। अमर तो वाले मन वाले लेते हैं क्या कर शाम को लेना ਇੱਥੇ ਕੋਈ ਕਿਸੇ ਦਾ ਨਹੀਂ। ਬਾਬਾ ਜੀ ਸਾਨੂੰ ਸਮਝਾ ਰਹੇ ਨੇ ਕਾਹਦੀ ਮਾਤ, ਮਾਨੇ ਕੌਣ ਕਿਸੇ ਦੀ ਮਾਤਾ, ਪਿਤਾ ਕਹੋ ਕਾਹਨੂੰ, ਕੌਣ ਕਿਸੇ ਦਾ ਪਿਤਾ ਹੈ। ਜਿਵੇਂ ਕਿਸਾਨ ਆਪਣੀ ਕਿਸਾਨੀ ਨੂੰ ਕੱਚੀ ਪੱਕੀ ਡੱਕੀ ਕਰਕੇ ਵੱਢ ਲੈਂਦਾ ਹੈ ਕਿ ਉਹ ਪਰਮੇਸ਼ਰ ਦੀ ਖੇਤੀ ਹੈ, ਰਿਸ਼ਤੇਦਾਰਾਂ ਨੇ ਦੂਰ ਜਾਣਾ ਹੈ, ਜਲਦੀ ਸੰਸਕਾਰ ਕੀਤਾ ਜਾਵੇ ਤੇ ਗੁਰੂ ਬਾਬਾ ਬਾਬਾ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਾਢੋ ਕਾਢੋ ਹੋਈ ਕਾਢੋ। ਸਾਧ ਸੰਗਤ ਜੀਓ, ਬਾਬਾ ਕਬੀਰ ਜੀ ਕਹਿੰਦੇ ਮੈਂ ਆਵਾਜ਼ਾਂ ਮਾਰ ਕੇ ਕਹਿ ਰਿਹਾ, ਕਹਿਤ ਕਬੀਰ ਸੁਣੋ ਰੇ ਸੰਤੋ, ਭੈ ਬਣੇ ਦਰਵਣਾ ਸਾਗਰ ਬਣਿਆ ਜੋ ਸੰਸਾਰ ਹੈ, ਆਓ ਸਰਣਾ ਕਰੋ। ਇਸ ਬੰਦੇ ਸਿਰ ਜ਼ੁਲਮ ਹੋ ਰਿਹਾ ਹੈ ਕਿਉਂਕਿ ਅਸੀਂ ਰੱਬ ਨੂੰ ਭੁੱਲੇ ਹੋਏ ਹਾਂ, ਅਸੀਂ ਗੁਰੂ ਦੇ ਦੱਸੇ ਮਾਰਗ ਤੇ ਨਹੀਂ ਚੱਲ ਰਹੇ, ਅਸੀਂ ਸੰਸਾਰ ਨਾਲ ਜੁੜੇ ਹੋਏ ਹਾਂ, ਅਸੀਂ ਉਹਦੇ ਨਾਲ ਟੁੱਟੇ ਹੋਏ ਹਾਂ। ਉਹ ਕਹਿੰਦਾ ਇੱਧਰ ਨੂੰ ਚੱਲ, ਅਸੀਂ ਕਹਿੰਦੇ ਇੱਧਰ ਨੂੰ ਚੱਲਣਾ, ਤੇ ਫਿਰ ਜਦੋਂ ਸਾਧ ਸੰਗਤ ਅੰਤਮ ਵੇਲਾ ਆਉਣਾ ਫਿਰ ਸਾਨੂੰ ਜਮਾਂ ਦੇ ਵੱਸ ਹੋਣਾ ਪੈਣਾ। ਜਿਹਨਾਂ ਦੇ ਗੁਰਸਿੱਖ ਨਾਮ ਰਸੀਆ ਹੋਊ, ਜਿਹੜਾ ਗੁਰਸਿੱਖ ਬਾਣੀ ਪਾਣੇ ਦਾ ਧਾਰਨੀ ਨਿਤ ਨੇਮੀ ਨਾਮ ਜਪਣ ਵਾਲਾ ਵੈਸ਼ਨੂ ਗਿਰਤੀ ਵਾਲਾ ਮਾਫ ਕਰੋ, ਮੈਂ ਸਮੁੱਚੀ ਦੀ ਗੱਲ ਕਰ ਰਿਹਾ, ਮੈਨੂੰ ਲਾ ਕੇ ਮੰਨ ਕਰ ਰਿਹਾ, ਗੁਰੂ ਸਾਚੇ ਆਓ ਕਹਿਣਾ ਪੈਣਾ। ਉਹਨੂੰ ਤੇ ਗੁਰੂ ਸਾਹਿਬ ਦੀ ਦਰਗਾਹ ਚ ਜੀ ਆਇਆ ਤੇ ਇੱਥੇ ਬਾਬਾ ਜੀ ਕਹਿ ਰਹੇ ਨੇ ਕਿ ਜਮਨੀ ਹਰੇਕ ਸਾਈ, ਮੈਂ ਵੇਖ ਰਿਹਾ ਸਾਰੇ ਸੰਸਾਰ ਦੇ ਲੋਕਾਂ ਨੂੰ ਜਮਾਂ ਦੇ ਘੇਰੇ ਚ ਆਉਣਾ ਪੈਂਦਾ ਹੈ ਜੀ। ਇਹ ਜੰਗ
ਮਿੱਟੀ ਦੇ ਪਹਾੜ ਪਰ ਨਾਵੇਂ ਪਾਤਸ਼ਾਹ ਪਹਾੜ ਕਿਹਾ ਜਿਹੜੇ ਧੂਏ ਦਾ ਪਹਾੜ ਇਹ ਜੋ ਸੰਸਾਰ ਹੈ ਇੱਕ ਧੂਏ ਦਾ ਪਹਾੜ ਹੈ ਪਹਾੜ ਹੈ ਪਹਾੜ ਤੇ ਕਹਿ ਰਹੇ ਤੈਂ ਸਾਚਾ ਮੰਨਿਆ ਸਾਨੂੰ ਸਮਝਾ ਰਹੇ ਨੇ ਕਹਿੰਦੇ ਤੈਂ ਸਾਚਾ ਮੰਨਿਆ ਕਿਹਨ ਚਾਰ ਕੀ ਸੋਚ ਕੇ ਤੂੰ ਇਹਨੂੰ ਸੱਚਾ ਮੰਨੇ ਬੈਠਾ ਮੈਨੂੰ ਕਹਿ ਰਹੇ ਕਹਿੰਦੇ ਤੈਂ ਸਾਚਾ ਮੰਨਿਆ ਕਿਹਨ ਚਾਰ ਤੂੰ ਕੀ ਸੋਚ ਕੇ ਇਹਨੂੰ ਪਹਾੜ ਵੱਲੋਂ ਮੰਨੇ ਬੈਠਾ ਇਹਦੇ ਧੂਏ ਦਾ ਪਹਾੜ ਹੈ ਆਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਬਚਨ ਸੁਣੀਏ ਕਹਿੰਦੇ ਨੇ ਦਸ ਬਾਲ ਧਨ ਦਸ ਸਾਲ ਬਚਪਨ ਦੇ ਵੀ ਸ਼ਰਮਣ ਜਵਾਨੀ ਆ ਗਈ ਕਿਸਾ ਦਾ ਸੁੰਦਰ ਕਹਾਵੇ ਇਹ ਧੂਏ ਦੇ ਪਹਾੜ ਦੀ ਗੱਲ ਹੋ ਰਹੀ ਹੈ ਦਸ ਬਾਲ ਧਨ ਵੀ ਸ਼ਰਮਣ ਕਿਸਾ ਦਾ ਸੁੰਦਰ ਕਹਾਵੇ ਚਾਲੀ ਸੀ ਪੁਰ ਹੋਵੇ ਜ਼ਿੰਦਗੀ ਦੇ ਤਜਰਬਿਆਂ ਨਾਲ ਸੰਪੂਰਨ ਹੋ ਗਿਆ ਮੈਂ ਪੜ੍ਹ ਲਿਆ ਮੈਂ ਲਿਖ ਲਿਆ ਮੇਰੇ ਬੱਚੇ ਪੈਦਾ ਹੋ ਗਏ ਪਰਿਵਾਰ ਕੰਪਲੀਟ ਹੋ ਗਿਆ ਕਿਆ ਮੈਨੂੰ ਪਤਾ ਲੱਗਾ ਇਹ ਮੇਰਾ ਵੀ 40 ਸਾਲ ਦੀ ਬਸੀ ਇਨਸਾਨਸ ਹੈ ਜੀ 85 ਪੱਗ ਕਿਸੇ ਬਾਣੀ ਵਿੱਚ ਆ ਰਿਹਾ ਕਰੀਏ 50 ਸਾਲ ਦਾ ਹੋ ਗਿਆ ਪੈਰ ਪਛਾਣ ਮਾ ਗਿਆ ਪਰਸਾਵਾਂ ਨੇ ਪੈਰ ਤੋਂ ਬਾਅਦ ਚਾਰ ਪਾਸੇ ਆ ਜਾਂਦਾ ਸੱਜੇ ਗਿਆ ਵਢੇਪਾ ਆਵੇ ਮਹਾਰਾਜ ਕਿਹਾ 70 ਸਾਲਾਂ ਵਾਲੇ ਦੇ ਗੁੱਸਾ ਨਾ ਕਰਿਓ ਕਿਤੇ ਕਿਤੇ ਮਾਰ ਵਿੱਚ ਫਰਕ ਪੈ ਜਾਂਦਾ 70 ਕਾ ਮਤ ਹੀਣ 80 ਕਾ ਵਿਵਹਾਰ ਨਾ ਪਾਵੇ ਕਲੀ 80 ਸਾਲ ਦੇ ਬਜ਼ੁਰਗ ਕੋਲ ਕੰਮ ਨਹੀਂ ਹੁੰਦਾ 90 ਕਾ ਸੇ ਜਸਣੀ 90 ਸਾਲ ਦਾ ਹੋ ਗਿਆ ਸੇਖ ਮਨ ਚੁਕਾ ਰਹਿ ਗਿਆ ਬਾਪੂ ਦੀ ਮਰਜ਼ੀ ਹੁਣ ਡੇਲੀ ਚ ਕਰਦੇ ਹੋ ਉਹਦੇ ਤੇ ਕੰਮ ਤੋਂ ਕਰਨਾ ਕੋਈ 90 ਕਾ ਸੇ ਜਸਣੀ ਮੂਲ ਨਾ ਜਾਣੇ ਅਬ ਬਲ ਤੇ ਬਾਬਾ ਫਰੀਦ ਜੀ ਨੇ ਲਿਖਿਆ ਜੀ ਫਰੀਦਾ ਇੰਨੀ ਨਿੱਕੀ ਜਗੀ ਆ ਜਗੀ ਹਲਦੀ ਜਗੀ ਹੁੰਦੀ ਨਾ ਉਹ ਵੀ ਜਿਹਨਾਂ ਨੇ ਹਲਵਾ ਆ ਪਤਾ ਜਗੀ ਕਿਉਂ ਕਹੀ ਗਿਆ ਉਹਨਾਂ ਨੇ ਲੱਤ ਨੂੰ ਜਗੀ ਗਿਆ ਫਰੀਦਾ ਬਾਬਾ ਫਰੀਦ ਜੀ ਦਾ ਕੱਦ ਕਹਿੰਦੇ ਥੋੜਾ ਬਦਲਾ ਸੀ ਫਰੀਦਾ ਇੰਨੀ ਨਿੱਕੀ ਜਗੀ ਆ ਹਰ ਡੂੰਗਰ ਭਵੇਂ ਹੋਮ ਮੈਂ ਸਮੁੰਦਰਾਂ ਤੋਂ ਹੋਇਆ ਮੈਂ ਪਹਾੜਾਂ ਤੋਂ ਹੋਇਆ ਹਰ ਡੂੰਗਰ ਭਵੇਂ ਹੋਮ ਤੇ ਜਦੋਂ ਉਮਰ ਜ਼ਿਆਦਾ ਹੋ ਗਈ ਨਾ ਤੇ ਸਿਰਾਣੇ ਪਾਣੀ ਵਾਲਾ ਲੋਟਾ ਪਿਆ ਸੀ ਹੈ ਥੋੜਾ ਜੇਰੀ ਸੀਗਾ ਦੂਰ ਨਹੀਂ ਸੀ ਪਰ ਉਹ ਫੜਿਆ ਨਹੀਂ ਜਾ ਸਕਦਾ ਅੱਜ ਫਰੀਦਾ ਗੁਜੜਾ ਸ਼ਹਿ ਕੁਆ ਸੀ ਹੁਣ ਜਦੋਂ ਸਾਧ ਸੰਗਤ ਉਮਰ ਜ਼ਿਆਦਾ ਹੋ ਗਈ ਪਰ ਭਾਗਾ ਵਾਲਿਆਂ ਵਾਸਤੇ ਮੇਰੇ ਗੁਰੂ ਨਾਨਕ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਲਿਖਿਆ ਜੇ ਪ੍ਰਸਾਦ ਉਹ ਪ੍ਰਸਾਦ ਸੈਨ ਲੋਕ ਪਿਆਓ ਬੈਠ ਕੋ ਤੈਨ ਬੁਜ਼ੁਰਗ ਨੂੰ ਉਹਦੇ ਪੋਤਰੀਆਂ ਪੋਤਰੇ ਦੋਤਰੀਆਂ ਦੋਤਰੇ ਮੂੰਹ ਪਾਣੀ ਪਾਉਂਦੇ ਪਰ ਇੱਥੇ ਤੇ ਗੱਲ ਹੀ ਉਲਟਾ ਹੈ ਇੱਥੇ ਦਿਲ ਹੈ ਕਿਰਨੀਆਂ ਹਨ ਜਿਹਨਾਂ ਨੂੰ ਬੰਦਾ ਜਿਉਂਦਾ
ਕੱਲ ਮਨ ਕੋਈ ਸਰੀਰ ਦਾ ਕੋਈ ਆਪਰੇਸ਼ਨ ਕਰਕੇ ਦੇਖ ਲਓ ਕੋਈ ਪੁੱਛਾ ਨਹੀਂ ਹੈਗਾ, ਪਰ ਇਹ ਮਨ ਦੀ ਸਾਰੀ ਖੇਡ ਹੈ। ਜਿਵੇਂ ਪਰਮਾਤਮਾ ਨਹੀਂ ਦੇਖਦਾ ਮਨ ਨਹੀਂ ਇਹ ਦੇਖਦਾ, ਇਹ ਵਿਚਾਰ ਨਹੀਂ। ਪਰਮਾਤਮਾ ਹਰ ਜਿਲੇ ਜਿਲੇ ਚ ਵਸ ਰਿਹਾ ਪਰ ਦਿਸਦਾ ਨਹੀਂ। ਮਨ ਵਿਚਾਰ ਨੇ ਸਾਡੇ ਚੰਗੇ ਵਿਚਾਰ ਸਾਨੂੰ ਗੁਰੂ ਘਰ ਨੂੰ ਲੈ ਆਉਂਦੇ ਨੇ, ਸਾਡੇ ਮਾੜੇ ਵਿਚਾਰ ਸਾਨੂੰ ਨੀਵੇਂ ਪਾਸੇ ਲੈ ਜਾਂਦੇ ਨੇ। ਤੇ ਜਿਹੜਾ ਨਾਂ ਰੱਖਿਆ ਗਿਆ ਮਨ, ਫੁਰਨਿਆਂ ਦਾ ਨਾਂ ਹੈ ਮਨ, ਸਾਡੇ ਫੁਰਨੇ ਹੀ ਸਾਨੂੰ ਦਿਨੇ ਰਾਤ ਖਰਾਬ ਕਰ ਰਹੇ ਨੇ। ਤੇ ਫਿਰ ਅੱਜ ਦਾ ਨਾਲ ਆ ਜਾਏ, ਸਵੇਰੇ ਵੀ ਪੰਜ ਬਾਣੀਆਂ ਦੇ ਨੇਤਰਿਆਂ ਵਿੱਚ ਤੇ ਸ਼ਾਮ ਨੂੰ ਰਹਿ ਰਾਤ ਦੇ ਜਾਪ ਚੌਦਾਂ ਅਮਰੀ ਕਰੋ ਹਾਰਦੇ ਪੂਰਨ ਹੋਏ। ਮਹਾਰਾਜ ਤੁਸੀਂ ਕਿਰਪਾ ਕਰਿਓ, ਮੈਂ ਤੈਨੂੰ ਕਾਰਾਂ ਦਾ ਭਰਿਆ, ਤੁਸੀਂ ਕਿਰਪਾ ਕਰੋ ਤੇਰੇ ਦਰ ਤੇ ਮੈਂ ਡਿੱਗਾ, ਮੇਰੀ ਰੂਹ ਤੇਰੇ ਤੇ ਦਰ ਤੇ ਆ ਡਿੱਗੀ ਹੈ ਸੱਚੇ ਪਾਤਸ਼ਾਹ। ਤੇ ਗੁਰੂ ਨਾਵੇਂ ਪਾਤਸ਼ਾਹ ਸਮਝਾ ਰਹੇ ਨੇ, ਮਨ ਕਹਾ ਵਿੱਚ ਵਿਸਾਰਿਓ ਰਾਮ ਨਾਮ। ਤੂੰ ਇਹ ਮੇਰੇ ਮਨ, ਤੂੰ ਰੱਬ ਦਾ ਨਾਮ ਕਿਉਂ ਵਿਸਾਰ ਕੇ ਬੈਠਾ? ਮਾਂ ਵੀ ਸੋਚੇ, ਪਿਤਾ ਵੀ ਸੋਚੇ ਕਿ ਅਸੀਂ ਪੈਦਾ ਕਰਕੇ ਪੁੱਤਰ ਸੀ ਤੋਂ ਹੋ ਗਿਆ,
ਮੈਂ ਪਹਿਲਾਂ ਬੇਨਤੀ ਕੀਤੀ ਆ ਕਿ ਸਭ ਤੋਂ ਵੱਡਾ ਦੁਕਾਨ ਜਦੋਂ ਮਾਂ ਤੇ ਪਿਤਾ ਦੇ ਹੁੰਦਿਆਂ ਬੱਚਾ ਜਾਵੇ ਇਹ ਬੇਸਭਾ ਗੁਰੂ ਹੀ ਲਭਾਵੇ ਤੇ ਲਭਾਵੇ ਚੱਲਿਆ ਜਾਣ ਵਾਲਾ ਨਹੀਂ ਤੇ ਸਮਝਣ ਦੀ ਪ੍ਰਾਰਥਨਾ ਕਰ ਸੁਖਮਨੀ ਸਾਹਿਬ ਜੀ ਪੜ੍ਹਦੇ ਹੋ ਜਾਗ ਲਿਓ ਰੇ ਮਨਾ ਕਹਾਂ ਗਾਫਲ ਸੋਇਆ ਜੋ ਤਨ ਪੁੱਜਿਆ ਸੰਗ ਹੀ ਜਦੋਂ ਤੂੰ ਆਇਆ ਸਾਂ ਇੱਕ ਸਲੀਮ ਲੈ ਕੇ ਆਇਆ ਸਾਂ ਨਿਕਲ ਗਿਆ ਜਦੋਂ ਮਾਤਾ ਪਿਤਾ ਚੁੱਕਦੇ ਜੋ ਤਨ ਪੁੱਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ ਜਦੋਂ ਜਾਣ ਲੱਗਿਆ ਤੇਰਾ ਸਲੀਮ ਕਿੱਥੇ ਰਹਿ ਗਿਆ ਫਿਰ ਬਹੁਤ ਜਿਹਾ ਦੌਲਤਾਂ ਰੱਖੀਆਂ ਕਰਨ ਵਾਲੇ ਅਸੀਂ ਲੋਕ ਇਹ ਸਮਝ ਲਈਏ ਤਾਂ ਸੰਗ ਨਾ ਚਾਲੇ ਸਮਝ ਲੇ ਕਰਦੇ ਨੇ ਰਾਮ ਨਾਮ ਜਾਪੇ ਹੁੰਦੇ ਮਾਏ ਕਿਆ ਕਰ ਪਾਏ
ਹਰ ਪ੍ਰਾਣੀ ਪ੍ਰਾਣ ਬਣੇ ਸਵਾਸ ਮਨੁੱਖ ਦਾ ਨਾਮ ਹੀ ਸਵਾਸ ਰੱਖਿਆ ਮੇਰੇ ਸਾਥੋਂ ਨੇ ਕਿ ਜਿਹਦੇ ਆ ਗਿਆ ਤੇ ਬੰਦਾ ਹਾਲੇ ਤੱਕ ਫਿਰ ਮੇਰੀ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਜਿਹੜੇ ਬਾਣੀ ਪੜ੍ਹਦੇ ਨੇ ਹੋਰ ਚੱਲਣਾ ਆਵਾਂ ਤੇ ਸਤਿਗੁਰੂ ਬੜਾ ਸੁੰਦਰ ਹਿੱਸਾ ਲਿਖਦੇ ਨੇ ਪ੍ਰਾਣੀ ਤੂੰ ਆਇਆ ਲਾਹ ਲੈ ਨਹੀਂ ਗੱਡੀ ਤੇ ਬਹਿ ਜੇ ਕਰ ਤਾਂ ਸਭ ਨੂੰ ਆਪਣੇ ਗੱਡੀਆਂ ਦਿੱਤੀਆਂ ਮੋਟਰਸਾਈਕਲ ਦਿੱਤੇ ਧਾਰੀਵਾਲ ਚੱਲ ਜਾਂਦੇ ਗੁਰਦਾਸਪੁਰ ਚੱਲ ਗਏ ਬਕਾਲੇ ਚੱਲ ਗਏ ਕਹੇ ਕਿਹੜੇ ਕੰਮ ਇੱਕ ਘਰ ਵਾਲੀ ਨੇ ਇੱਕ ਮਾਂ ਨੇ ਲਿਖ ਦੇਤੀ ਸਰਾਰਤੀ ਆਇਆ ਸੌਦੇ ਲਈ ਆਇਓ ਤੇ ਮੇਰੇ ਲੱਗਾ ਗੱਡੀ ਦਾ 50-60 ਰੁਪਏ ਸੌ ਦਾ ਡੀਜ਼ਲ ਫੂਕ ਕੇ ਵਾਪਸ ਘਰ ਆ ਗਿਆ ਤੇ ਹਾਂ ਮੈਨੂੰ ਤੇ ਚੇਤਾ ਹੀ ਗਿਆ ਤੇ ਫਿਰ ਉਹ ਨਹੀਂ ਕਹਿਣਗੇ ਡਰਦੇ ਮਾਰੇ ਘਰ ਦੇ ਕੁਛ ਤੇ ਜੋ ਚਾਹਦਾ ਤੇ ਕਹਿਣਗੇ ਵੀ ਗਿਆ ਕੀ ਲੈਣਾ ਤੈਨੂੰ ਚੇਤਾ ਭੇਜਿਆ ਜੀ ਇਸ ਕੰਮ ਤੇ ਇਹ ਸਾਧ ਸੰਗਤ ਮੈਨੂੰ ਖਾਇਆ ਕਿਹੜੇ ਕੰਮ ਪ੍ਰਾਣੀ ਤੂੰ ਆਇਆ ਨਾ ਹਰ ਲੈਣ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਬਹਿਲ ਕੀਤੇ ਦਾ ਆ ਮੇਰਾ ਕਹਿੰਦੇ ਸੰਤ ਮਨੇ ਗੁਰੂ ਇੱਥੇ ਆ ਗਿਆ ਤੇ ਇੱਕ ਵਜਨ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਵਜਨ ਮੰਨਣ ਦਾ ਸੇਵਾ ਕਰਨ ਦਾ ਇਹਦੇ ਚਰਨਾਂ ਚ ਲੱਗਣ ਦਾ ਮੇਰਾ ਜੀ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਬਹਿਲ ਕੀ ਵੇਲਾ ਕੀ ਹਾਂ ਕਾਟ ਜਦੋਂ ਹਰਵਾ ਲਹਿਰ ਪ੍ਰਾਣੀ ਤੂੰ ਆਇਆ ਲਾਹ ਲੈਣ ਲੱਗਾ ਕੇਤਰ ਫਕੜੇ ਸਭ ਰੁਕ ਨਹੀਂ ਚੱਲੀ ਰਹਿਣ ਪਰ ਨਹੀਂ ਅਸੀਂ ਨਹੀਂ ਅੱਜ ਆਖੇ ਰੱਖਦੇ ਗੁਰੂ ਕਿਰਪਾ ਕਰਕੇ ਸਾਨੂੰ ਆਪਣੇ ਚਰਨਾਂ ਨਾਲ ਲਾ ਗੁਰੂ ਹੀ ਸਾਡੇ ਹਿਰਦੇ ਚ ਆਪ ਪ੍ਰਵੇਸ਼ ਕਰ ਜਾਣ ਸਾਡਾ ਜੀਵਨ ਸਫਲ ਹੋ ਜਾਵੇ ਚਰਿਆਂ ਦੇ ਸਾਰਿਆਂ ਜਾਣਾ ਜੇ ਗੁਰੂ ਦੇ ਚਰਨਾਂ ਨਾਲ ਲਾ ਕੇ ਜਾਵਾਂਗੇ ਸ਼ਾਇਦ ਗੁਰੂ ਸਾਨੂੰ ਆਪਣੇ ਚਰਨਾਂ ਨੂੰ ਪਾ ਹੀ ਲੈਣ ਸਾਡੇ ਮਨ ਦਾ ਮਾਸਾ ਡਰ ਨਹੀਂ ਕਿ ਸਾਡੀ ਵਾਰੀ ਵੀ ਹੁੰਦੀ ਬਿਲਕੁਲ ਨਹੀਂ ਮੇਰੇ ਨਹੀਂ ਕਿਸੇ ਨਹੀਂ
ਜਿਹੜਾ ਗੁਰਦੇ ਚਰਨਾਂ ਨਾਲ ਲੱਗੇਗਾ ਉਹਨੂੰ ਪਤਾ ਹੋਏਗਾ ਕਿ ਮੌਤ ਤੇ ਅੱਖ ਝੰਮਣ ਤੋਂ ਵੀ ਨੇੜੇ ਆ। ਹਮ ਆਦਮੀ ਹਾਂ, ਇੱਕ ਦਿਨ ਪਹਿਲਾਂ ਆਪ ਜੀ ਨੇ ਵਚਨ ਸੁਣੇ ਨੇ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਤੇ ਕੰਮ ਹਾਂ ਕਿਹੜੇ ਕੀਤੇ? ਖਸਮ ਵਿਸਾਰ ਉਹਨੂੰ ਚੇਤੇ ਨਹੀਂ ਕੀਤਾ।
ऐसे गुर मुक्त भावा गुरु प्राप्त करते ने अमृत अमृत नाम निधान है मिल पीवो भाई सुचे कौन मेरे उही सुचे होंगे से ही सुचे भोजी फिर जानते हो गुरमुख क्या आवे से अमृत पावे से ही सुचे भोजी ਸਤਿਗੁਰ ਦੇਖ ਕੇ ਬੰਧਨ ਕਾਟੇ
ਅਗਲੀ ਬਾਣੀ ਅਗਲੀ ਪੰਕਤੀ ਨਹੀਂ ਪੜ੍ਹਦੇ। ਗੁਰੂ ਕਹਿੰਦਾ ਹੋਰ ਮੈਂ ਸਿੱਖ ਪ੍ਰਾਣ ਧਿਆਨੇ ਗੁਰੂ ਹੀ ਗੁਰਦੁਆਰੇ ਨੂੰ ਤੁਰੇਗਾ। ਸਿੱਖ ਸਿੱਖ ਵੀ ਗੁਰੂ ਵਾਲੇ ਪਾਸੇ ਨੂੰ ਤੁਰੇ ਕਿਹੜੇ ਸਾਡਾ ਵੀ ਫਰਜ਼ ਬਣਦਾ ਹੈ। ਜਿਹੜਾ ਗੁਰੂ ਕਹੀਏ ਜੇ ਗੁਰੂ ਨੇ ਤੁਸੀਂ ਕਰਨਾ ਇਹ ਗੁਰੂ ਨਹੀਂ ਆ ਇਹ 'ਚ ਕੋਈ ਸ਼ੱਕ ਨਹੀਂ। ਸਾਨੂੰ ਉਹ ਨਹੀਂ ਲਾਉਣਾ ਜੇ ਕਰਾਵੇ ਸੋ ਕਰਨਾ ਨਾਨਕ ਦਾਸ ਤੇਰੀ ਸ਼ਰਨਾ ਗੁਰੂ ਕਿਰਪਾ ਕਰਨਾ ਜੇ ਹੀ ਰੁੱਤ ਪਾਇਆ ਸੁੱਖ ਦੇਹਾ ਤੇ ਹੋ ਜਿਹੜੀ ਦੇਹੀ ਆਓ ਫਿਰ ਚੰਗੀ ਰੁੱਤ ਕਿਹੜੀ ਹੈ ਕਾਹਦੀ ਰੁੱਤ ਹੈ ਉਹ ਕਾਹਦੀ ਦੇਵੀ ਹੈ। ਜੇ
ਨੀਵੇਂ ਥਾਈ ਪਾਣੀ ਖੜਾ ਹੋ ਜਾਂਦਾ ਉੱਥੇ ਪਾਣੀ ਤੋਂ ਅਸੀਂ ਬੰਦ ਹੋ ਜਾਂਦੇ ਉਹ ਕੇਰੇ ਦੇ ਮੁੰਡੇ ਨੂੰ ਮਾਰਦਾ ਕੋਈ ਨੀ ਉਹ ਆਪੇ ਹੀ ਛੱਡ ਛੱਡ ਕੇ ਖਤਮ ਹੋ ਜਾਂਦਾ ਇਹ ਉਦਾਹਰਨ ਸੀ ਪੰਜਵੀਂ ਉਦਾਹਰਨ ਗੁਰੂ ਨਾਨਕ ਨੇ ਪੱਪਣ ਕੇਰੇ ਪੰਜ ਵੇਲੇ ਕੁੱਤੇ ਕਿਤੇ ਟੁੱਟ ਟੁੱਟ ਕੇ ਫਿਰਦੇ ਨੇ ਢਲ ਢੁਲ ਬਣੇ ਨਾਸਮਾਨ ਗੁੰਮਣ ਹਾਰ ਬਣੇ ਨਾਸ ਹੋ ਜਾਂਦਾ ਹੈ ਉਹਦੇ ਬਾਰੇ ਸਾਰੇ ਤੁਸੀਂ ਭਲੀ ਭਾਣ ਜਾਣਦੇ ਹੋ
ਤੇ ਸਾਰਿਆਂ ਪਰਿਵਾਰਾਂ ਨਾਲ ਤੇ ਸਾਰਿਆਂ ਸੇਵਾ ਨਾਲ ਇਹ ਘੜੀ ਇੱਕ ਦਿਨ ਵਾਪਰਦੀ ਹੈ। ਨਿਸ਼ਾਨ ਸਿੰਘ ਸਾਰੇ ਰਿਸ਼ਤੇਦਾਰ ਸਰਕਾਰ ਜੋ ਆਏ ਨੇ ਉਹਨਾਂ ਦਾ ਸਾਰਾ ਸਟਾਫ ਆਇਆ ਵਾ, ਪੁਲਿਸ ਮਹਿਕਮਾ ਜਿੱਥੇ ਕਿ ਉਹ ਨੌਕਰੀ ਕਰਦਾ ਸੀ। ਜੋ ਕੁਝ ਮੈਂ ਦੇਖਿਆ 20 ਸਾਲ ਤੋਂ ਕੁਝ ਮਹੀਨੇ ਘੱਟ ਨੇ, ਮੇਰਾ ਵਾਹ ਪਿਆ ਪਰਿਵਾਰ ਦੇ ਨਾਲ ਕਿ ਪਰਿਵਾਰ ਨੂੰ ਆਉਣ ਜਾਣ ਦਾ ਉਜੇਤੀ ਦੇ ਦੇਣ। ਨਿਸ਼ਾਨ ਸਿੰਘ ਇੱਕ ਆਪਣੀ ਮਿਸਾਲ ਖਾਸ ਸੀ। ਹਰ ਮਾਂ ਦੇ ਘਰ ਪੁੱਤਰ ਜਾਂਦਾ ਤੇ ਬੜੀ ਖੁਸ਼ੀ ਹੁੰਦੀ ਆ, ਪਰ ਪੁੱਤਰ ਜਾਣਾ ਜਿਹੜਾ ਕਿ ਪੁੱਤਰ ਮਾਂ ਪਿਓ ਦਾ ਸਤਿਕਾਰ ਕਰਦਾ ਉਹੀ ਪੁੱਤਰ ਆ, ਜਿਹੜਾ ਨਹੀਂ ਕਰਦਾ ਉਹੀ ਪੁੱਤਰ ਆ, ਤੇ ਜਿਹੜਾ ਬਿਲਕੁਲ ਮਾਂ ਪਿਓ ਨੂੰ ਥੱਲੇ ਨੀਚੇ ਉਠਾਉਂਦਾ ਉਹੀ ਪੁੱਤਰ ਆ। ਪਰ ਨਿਸ਼ਾਨ ਸਿੰਘ ਇੱਕ ਸਾਡਾ ਛੋਟਾ ਵੀ ਆ, ਕੋਈ ਮੈਂ ਕਹਿਣ ਤੋਂ ਝਿਜਕਦਾ ਨਹੀਂ, ਪੜਾਵਾ ਪਰਿਵਾਰ ਵਿੱਚ ਉਹ ਨਿਸ਼ਾਨ ਸਿੰਘ ਸੀ ਕਿ ਜਿਹੜਾ ਆਪਣੇ ਮਾਂ ਪਿਓ ਦਾ ਬਹੁਤ ਜ਼ਿਆਦਾ ਕਦਰ ਕਰਦਾ ਸੀ। ਮੈਂ ਦੇਖ ਲਿਆ ਸੀ ਕੁਝ ਮਹੀਨੇ ਪਹਿਲੋਂ ਇਹਨਾਂ ਦੇ ਪਿਤਾ ਜੀ ਨੂੰ ਸੱਟ ਲੱਗੀ, ਕੁਝ ਟਾਈਮ ਪਹਿਲੋਂ ਇਹਨਾਂ ਦੀ ਮਾਤਾ ਹੋਸਪਿਟਲ ਵਿੱਚ ਰਹੀ। ਪਰ ਜੋ ਨਿਸ਼ਾਨ ਸਿੰਘ ਤਰਲੇ ਲੈ ਲੈ ਕੇ ਲਿਲਕੜੀਆਂ ਕੱਢ ਕੱਢ ਕੇ ਇਹਨਾਂ ਦਾ ਇਲਾਜ ਕਰਾਉਂਦਾ ਸੀ, ਦਵਾਈ ਦਿੰਦਾ ਸੀ, ਉਹ ਮੈਨੂੰ ਪਤਾ ਕਿ ਕਿਸ ਤਰ੍ਹਾਂ ਮਾਂ ਪਿਓ ਦੀ ਉਹਨੇ ਸੇਵਾ ਕੀਤੀ ਆ। ਇਹ ਹਰ ਪੁੱਤਰ ਦਾ ਫਰਜ਼ ਬਣਦਾ ਕਿ ਆਪਣੇ ਮਾਂ ਪਿਓ ਦੀ ਸੇਵਾ ਕਰੇ, ਪਰ ਬਿਨਾਂ ਭਾਗਾਂ ਤੋਂ ਸੇਵਾ ਮਿਲਦੀ ਨਹੀਂ। ਨਿਸ਼ਾਨ ਸਿੰਘ ਉਹਨਾਂ ਪੁੱਤਰਾਂ ਵਿੱਚੋਂ ਪੁੱਤਰ ਸੀ ਕਿ ਜਿਸ ਨੇ ਆਪਣੇ ਮਾਪਿਆਂ ਦਾ ਨਾਂ ਉੱਚਾ ਕੀਤਾ। ਜਿਸ ਤਰ੍ਹਾਂ ਕਈ ਪੁੱਤਰ ਹੁੰਦੇ ਨੇ ਜੋ ਘਰ ਵਿੱਚੋਂ ਜਾਇਦਾਦ ਮਿਲਦੀ ਆ, ਉਹ ਜਾਇਦਾਦ ਨੂੰ ਥੱਲੇ ਨੂੰ ਲਿਆਉਂਦੇ ਆ, ਉਹੀ ਪੁੱਤਰ ਹੀ ਆ, ਅਤੇ ਕਈ ਬਿਲਕੁਲ ਗਵਾ ਦਿੰਦੇ ਆ ਮਾਪਿਆਂ ਵਾਸਤੇ ਉਹੀ ਪੁੱਤਰ। ਮੈਂ ਇਹ ਗੱਲ ਕਹਿਣ ਤੋਂ ਝਿਜਕਦਾ ਨਹੀਂ, ਪਰ ਇਹ ਭਾਂਤ ਨਗਰ ਵਾਲੇ ਜਾਣਦੇ ਹੋ ਰਿਸ਼ਤੇਦਾਰ ਜਾਣ ਨਿਸ਼ਾਨ ਸਿੰਘ ਦੀ ਬੇਵਕਤੀ ਮੌਤ ਜਿਸਨੇ ਸਾਰਿਆਂ ਦੇ ਦਿਲਾਂ ਨੂੰ ਸਭ ਤੋਂ ਵੱਡਾ ਹੌਸਲਾ ਜਿਹੜਾ ਉਹ ਗੁਰਬਾਣੀ ਸਾਡੇ ਸਿੱਖ ਧਰਮ ਦੇ ਵਿੱਚ ਇਹਨਾਂ ਨੇ ਵੱਖ ਵੱਖ ਉਦਾਹਰਣਾਂ ਦੇ ਕੇ ਪਰਿਵਾਰਾਂ ਨੂੰ ਇਸ ਪਰਿਵਾਰ ਨੂੰ ਹੌਸਲਾ ਦਿੱਤਾ। ਪਰ ਇਸ ਗੱਲ ਤੋਂ ਅਲੱਗ ਨਹੀਂ ਕਰ ਸਕਦੇ ਕਿ ਬੇਵਕਤੀ ਮੌਤ ਆ ਉਹਦਾ ਸੰਤਾਪ ਪਰਿਵਾਰ ਸੱਜਣ ਮਿੱਤਰ ਭੈਣ ਭਰਾ ਰਿਸ਼ਤੇਦਾਰ ਜਿਹੜੇ ਨੇ ਉਹ ਸਾਰੇ ਉਹਦੇ ਖੜਾਉਂਦੇ, ਔਰ ਇਸ ਦਾ ਆਸਰਾ ਜਿਹੜਾ ਵਾ ਇਸ ਦੁੱਖ ਤੋਂ ਨਿਜਾਤ ਪਾਉਣੀ ਆ, ਅਤੇ ਇਹਨਾਂ ਦੇ ਕਹਿਣ ਮੁਤਾਬਕ ਗੁਰਬਾਣੀ ਸਭ ਤੋਂ ਵੱਡਾ ਆਸਰਾ ਮਨੁੱਖ ਨੂੰ ਇੱਕ ਮੌਤ ਹੀ ਆ ਜਿਹੜੀ ਸਭ ਤੋਂ ਡਰਾਉਣੀ ਲੱਗਦੀ ਆ, ਔਰ ਬੇਵਕਤੀ ਮੌਤ ਨਿਮਾਣਾ ਸਾਹਿਬ ਮੈਂ ਸਮਝਦਾ ਕਿ ਇਸ ਨੂੰ ਜਾਣਨਾ ਬਹੁਤ ਔਖਾ। ਸਰਪੰਚ ਸਾਹਿਬ ਵੀ ਦੱਸ ਰਹੇ ਸੀਗੇ ਕਿ ਨਿਸ਼ਾਨ ਸਿੰਘ ਸਾਡੇ ਨਾਲ ਇਕੱਠਾ ਪੜ੍ਹਿਆ, ਸਾਡਾ ਸੱਜਣ ਸੀਗਾ, ਇੱਕ ਦੋ ਜਵਾਤਾਂ ਅੱਗੇ ਪੜ੍ਹਦਾ ਸਾਨੂੰ ਕਲੀਜ ਭਰਤੀ ਹੋਇਆ। ਅੱਜ ਮੈਂ ਵੇਖ ਰਿਹਾ ਕਿ ਘੱਟੋ ਘੱਟ 10-12 ਪਿੰਡਾਂ ਦੇ ਸਰਪੰਚ ਵੀ ਆਏ, ਉਹਦਾ ਇੰਨਾ ਮੇਲਜੋਲ ਸੀਗਾ ਸਾਰੇ ਇਲਾਕੇ ਵਿੱਚ। ਪਰ ਜੋ ਮਰਜ਼ੀ ਇਸ ਗੱਲ ਨੂੰ ਕਹਿ ਦਈਏ, ਜਿਹੜਾ ਦੁੱਖ ਆ ਇਨਸਾਨ ਦਾ ਉਹ ਵਡਾਇਆ ਘੱਟਦਾ, ਔਰ ਇਸ ਗੱਲ ਦੇ ਵਿੱਚ ਨਿਸ਼ਾਨ ਸਿੰਘ ਬੇਵਕਤੀ ਮੌਤ ਇੰਨੀ ਦੁੱਖਦਾਈ ਆ ਕਿ ਇਹ ਗੱਲ ਸੱਜਣ ਮਿੱਤਰ ਭੈਣ ਭਰਾ ਜੇ ਸੁਖੀ ਹੋਣ ਤੇ ਬਾਕੀ ਸਾਰੇ ਚੰਗੇ ਲੱਗਦੇ। ਅਸੀਂ ਉਹ ਹੁੰਦਾ ਨਵਾਜ਼ ਬਖਸ਼ੇ ਕਾਕੀ ਨਿਮਾਣਾ ਜੀ ਅਕਾਲ ਪੁਰਖ, ਉਹਦੇ ਅੱਗੇ ਬੇਨਤੀ ਕਰਦੇ ਹਾਂ ਕਿ ਪਰਿਵਾਰ ਨੂੰ ਭਾਣਾ ਨੂੰ ਨਵਾਜ਼ ਬਖਸ਼ੇ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸੋ ਸਮਾਗਮ ਵਿਰਾਜਮਾਨ ਗੁਰੂ ਪਿਆਰੇ ਸਾਹਿਬ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਗੁਰੂ ਪਿਆਰੇ ਜੋ ਰਮਤਾਂ ਸਰਦਾਰ ਗੁਰਬੀਰ ਸਿੰਘ ਜੀ ਦੇ ਪਰਿਵਾਰ ਦੇ ਵਿੱਚ ਅੱਜ ਤੋਂ ਕੁਝ ਦਿਨ ਪਹਿਲਾਂ ਲੱਗਿਆ ਕਰਦੀਆਂ ਸਨ। ਗੁਰੂ ਪਿਆਰੀ ਸਾਧ ਸੰਗਤ ਜੀ ਉਹ ਰਮਤਾਂ ਨਹੀਂ ਲੱਗੀ। ਕਿਉਂਕਿ ਗੁਰਮਤ ਮੁਤਾਬਕ ਚਾਹੇ ਸਭ ਤੋਂ ਸਤਿਗੁਰ ਦੇ ਹੁਕਮ ਵਿੱਚ ਹੋ ਰਿਹਾ ਹੈ, ਸਤਿਗੁਰ ਸਭਨਾਂ ਦਾ ਭਲਾ ਮਨਾਏ ਦਾ ਉਹ ਆਪਣੀ ਚਾਲ ਨਿਰੰਤਰ ਚੱਲੀ ਜਾਂਦਾ ਹੈ, ਪਰ ਅਸੀਂ ਦੁਨਿਆਵੀ ਲੋਕ ਅਜਿਹੇ ਸਦਮੇ ਬਰਦਾਸ਼ਤ ਕਰਨ ਦੇ ਯੋਗ ਨਹੀਂ। ਲੱਖ ਵਾਰੀ ਜਿਉਂਦੇ ਰਹਿਣ ਸਾਡੇ ਛੋਟੇ ਵੀਰ ਨਿਸ਼ਾਨ ਸਿੰਘ ਜੀ ਦੇ ਸਪੁੱਤਰ ਜੋ ਬਹੁਤ ਲਾਇਕ ਹੈ, ਬਹੁਤ ਮਾੜੀਆਂ ਚੰਗੀਆਂ ਹਵਾਵਾਂ ਸਮਾਜ ਦੇ ਵਿੱਚ ਚੱਲ ਰਹੀਆਂ, ਇਹਨਾਂ ਦੇ ਬੱਚੇ ਇਹਨਾਂ ਮਾੜੀਆਂ ਹਵਾਵਾਂ ਤੋਂ ਬਚੇ ਹੋਏ। ਸੋ ਇਹ ਬੱਚਿਆਂ ਦੀ ਚੰਗੀ ਕਿਸਮਤ ਹੈ, ਉਹਨਾਂ ਨੂੰ ਉਹਨਾਂ ਦੇ ਮਾਪਿਆਂ ਦੇ ਚੰਗੇ ਸੰਸਕਾਰ ਦਿੰਦੇ। ਆਪਣੀ ਪੰਚਾਇਤ ਵੱਲੋਂ, ਨਗਰ ਵੱਲੋਂ ਜੀ ਆਇਆਂ ਕਹਿੰਦਾ ਅਤੇ ਸਾਡੇ ਦੁੱਖ ਵਿੱਚ ਸ਼ਰੀਕ ਹੋਏ ਆ, ਉਹਨਾਂ ਦਾ ਧੰਨਵਾਦ ਵੀ ਕਰਨਾ ਨਗਰ ਵੱਲੋਂ। ਨਾਲ ਹੀ ਉਹਨਾਂ ਨੂੰ ਬੇਨਤੀ ਕਰਨਾ ਕਿ ਜੋ ਕੰਮ ਤੁਸੀਂ ਕਰ ਸਕਦੇ ਹੋ, ਅਸੀਂ ਭਾਵੇਂ ਸਰਕਾਰ ਦਰਬਾਰ 'ਚ ਹਾਂ ਪਰ ਕੰਮ ਤੁਹਾਡੀ ਚੱਲਣੀ ਹੈ। ਕੋਸ਼ਿਸ਼ ਕਰੋ ਕਿ ਜੋ ਨਿਸ਼ਾਨ ਸਿੰਘ ਦਾ ਕੋਰਸ ਸੀ, ਚਾਹੇ ਹੌਲਦਾਰ ਸੀ ਚਾਹੇ ਨਾਇਬ ਹੌਲਦਾਰ ਸੀਗਾ, ਉਹ ਹੀ ਉਹਦੀ ਬਿਆਨ ਬਣਾ ਕੇ ਮਹਿਕਮੇ ਨੂੰ ਭੇਜੋ ਕਿ ਜੋ ਅੱਖਰ ਤੁਸੀਂ ਪਾ ਲੈਣੇ ਆ ਉਹ ਹੀ ਗੱਡੀ ਜਾ ਕੇ DGP ਸਾਹਿਬ ਤੋਂ ਮਨਜ਼ੂਰ ਹੋਣੇ ਆ। ਮੈਂ ਫਿਰ ਆਪਣੇ ਨਗਰ ਵੱਲੋਂ ਅਤੇ ਆਪਣੀ ਪੰਚਾਇਤ ਵੱਲੋਂ ਨਿਚਾਰ ਸਾਹਿਬ ਨੂੰ ਬੇਨਤੀ ਕਰਨਾ ਕਿ ਜੇ ਕਿਤੇ ਸਰਕਾਰ ਦਰਬਾਰ ਦੀ ਲੋੜ ਪਵੇ ਅਤੇ ਸਰਕਾਰ ਦਰਬਾਰ ਇਹਨਾਂ ਦੇ ਨਾਲ ਆ, ਮੰਤਰੀ ਸਾਹਿਬ ਅੱਜ 4-5 ਦਿਨ ਤੋਂ ਚੰਡੀਗੜ੍ਹ ਸੀ ਅਤੇ ਮੇਰੀ ਰਾਤੀ ਉਹਨਾਂ ਨਾਲ ਗੱਲ ਹੋਈ, ਉਹਨਾਂ ਕਿਹਾ ਮੈਂ ਭੋਗ 'ਤੇ ਜ਼ਰੂਰ ਪਹੁੰਚਣਾ, ਕਿਸੇ ਕਾਰਨ ਉਹ ਲੇਟ ਹੋਇਆ, ਹੁਣ ਵੀ ਉਹਨਾਂ ਸਿੱਧੇ ਆਉਣਾ ਇੱਥੇ ਹੀ ਆ, ਭਾਵੇਂ ਅੱਧੇ ਘੰਟੇ ਨੂੰ ਆ ਜਾਣ ਭਾਵੇਂ 20 ਮਿੰਟਾਂ ਨੂੰ ਆ ਜਾਣ। ਮੈਨੂੰ ਕਿਹਾ ਮੈਂ ਗੁਰਮੁਖ ਸਿੰਘ ਲੇਟ ਹੋ ਗਿਆ ਥੋੜ੍ਹਾ, ਆਉਣਾ ਤੁਹਾਡੇ ਕੋਲ ਹੀ ਸਿੱਧੇ ਅਤੇ ਤੁਸੀਂ ਜਿਹੜਾ ਸਮਾਗਮ ਆ ਇਹਦੀ ਸਮਾਪਤੀ ਕਰ ਦਿਓ, ਕਿਉਂਕਿ ਰਿਸ਼ਤੇਦਾਰਾਂ ਸਾਰਿਆਂ ਦੂਰ ਦੁਰਾਡੇ ਜਾਣਾ ਹੁੰਦਾ ਵਾ। ਮੈਂ ਕਮਿਸ਼ਨ ਸਾਹਿਬ ਦਾ ਵੀ ਧੰਨਵਾਦ ਕਰਨਾ, ਮਹਿਕਮੇ ਦੇ ਦਾ ਕਿ ਜਿਨ੍ਹਾਂ ਨੇ ਆ ਸਾਰੀਆਂ ਟਿਕਣਾ ਵਾਲੀਆਂ ਟੀਮਾਂ ਭੇਜੀਆਂ ਨੇ, ਨਾਲ ਹੀ ਉਹਨਾਂ ਪਰਿਵਾਰ ਨੂੰ ਦੁੱਖ ਦਾ ਸੁਨੇਹ ਭੇਜਿਆ। ਮੈਂ ਉਹਨੂੰ ਵੀ ਨਗਰ ਵੱਲੋਂ ਅਤੇ ਪਰਿਵਾਰ ਵੱਲੋਂ ਜੀ ਆਇਆਂ ਕਹਿੰਦਾ, ਨਾਲ ਹੀ ਜਿੰਨੇ ਰਿਸ਼ਤੇਦਾਰ ਸੱਜਣ ਮਿੱਤਰ ਆਏ ਨੇ ਉਹਨਾਂ ਨੂੰ ਵੀ ਪਰਿਵਾਰ ਵੱਲੋਂ ਆਪਣੀ ਪੰਚਾਇਤ ਵੱਲੋਂ ਜੀ ਆਇਆਂ ਕਹਿੰਦਾ। ਜਿਸ ਤਰ੍ਹਾਂ ਕਿ ਮਨਿੰਦਰ ਸਿੰਘ ਆ ਆਲੋਵਾਲ ਬੁਕਾਨੇ ਅਕਾਲੀ ਦਲ ਵਿੱਚ ਬਹੁਤ ਇਹਨਾਂ ਨੇ ਕੰਮ ਕੀਤਾ, 100 ਵਾਰੀ ਸਾਡਾ ਹਲਕਾ ਵੱਖਰਾ ਹੋ ਗਿਆ, ਪਰ ਇਹਨਾਂ ਦੇ ਬਹੁਤ ਨਜ਼ਦੀਕੀ ਰਿਸ਼ਤੇਦਾਰ ਆ, ਇਹ ਵਿਚੋਲੇ ਨੇ, ਮੈਂ ਗੱਲ ਕਹਿਣ ਤੋਂ ਝਿਜਕਦਾ ਨਹੀਂ, ਅਤੇ ਇਹ ਨੌਕਰੀ ਦਵਾਉਣ ਵਾਲੇ ਦਵਾਂ ਜੀ ਆਉਂਦੀਆਂ। ਜਦੋਂ ਵੀ ਨਿਸ਼ਾਨ ਸਿੰਘ ਭਰਤੀ ਹੋਇਆ ਵਾ ਇਹਨਾਂ ਨੇ ਚਾੜਾ ਕਰਕੇ ਆਪਣੇ ਰਿਸ਼ਤੇਦਾਰਾਂ ਰਾਹੀਂ ਅਤੇ ਨਿਸ਼ਾਨ ਸਿੰਘ ਨੂੰ ਭਰਤੀ ਕਰਵਾਇਆ ਵਾ, ਅਤੇ ਜਦੋਂ ਇਹਨਾਂ ਦੀ ਮਿਸਿਜ਼ ਨੂੰ ਨੌਕਰੀ ਮਿਲੀ ਆ, ਪਹਿਲਾਂ ਇੱਕ ਮਨਿੰਦਰ ਸਿੰਘ ਸੀ ਜਿਹੜਾ ਮੈਨੂੰ ਮਿਲਿਆ ਗੁਰਮੁਖ ਸਿੰਘ, ਭਾਵੇਂ ਕਿ ਮੇਰੇ ਨਗਰ ਦੇ ਸੀ ਮੇਰਾ ਪਰਿਵਾਰ ਸੀ, ਪਰ ਇਹਨੇ ਆਖਿਆ ਕਿ ਕਿੰਨੀਆਂ ਅਗਲੀ ਕਿਸਨਾਈਆਂ ਲੱਗਿਆ 4 ਆ ਗਈਆਂ, ਕਹਿੰਦਾ ਇਹਨੂੰ ਸਿਲੈਕਟ ਕਰ ਦਿਆ। ਮੈਂ ਕਿਹਾ ਚਲੋ ਵੀਰ ਤੂੰ ਆ ਗਿਆ, ਤੈਨੂੰ ਹਾਂ ਕਰ ਦਿੱਤੀ ਆ, ਮੈਂ ਜਿੱਦਾਂ ਮਰਜ਼ੀ ਭਾਵੇਂ ਹੱਥ ਬੱਲਾ ਜੋੜਾਂ, ਭਾਵੇਂ ਕਹਿੰਦਾ ਝੂਠ ਮਾਰਾਂ, ਭਾਵੇਂ ਨਾਭੇ ਖੇਡੇ ਕਰਾਂ, ਕਿਹੜੇ ਦਰਖਾਸਤਾਂ ਮਿਲ ਗਈ ਸਭ ਤੋਂ। ਇਸ ਵਜ੍ਹਾ ਰਿਸ਼ਤੇਦਾਰ ਵੀ ਜਿਹੜੇ ਆ ਬਹੁਤ ਸਤਿਕਾਰਯੋਗ ਹੁੰਦੇ ਆ। ਹੁਣੇ ਮੈਨੂੰ ਪਤਾ ਲੱਗਾ ਮੈਂ ਤਾਂ ਝੂਠ ਸਾਹਿਬ ਸੀ, ਵੀ ਜਿੰਨੇ ਦਿਨ ਵੀ ਨਿਸ਼ਾਨ ਸਿੰਘ ਉੱਥੇ ਰਿਹਾ ਆਪਣੀ ਗੱਡੀ ਲੈ ਕੇ, ਰਿਸ਼ਤੇਦਾਰ ਵੀ ਸਾਰੇ ਉੱਥੇ ਰਹੇ ਨੇ,
ਦੁੱਖ ਸੁੱਖ ਆਦੀ ਰਿਸ਼ਤੇਦਾਰ ਸਾਡੇ ਮਿੱਤਰ ਹੁੰਦੇ ਨੇ ਉਦੋਂ ਇਕੱਠੇ ਜਾਂਦੇ ਨੇ ਕਿ ਜਦੋਂ ਕਿਸੇ ਦੇ ਆਪਣੀ ਘੜੀ ਬਣਦੀ ਆ ਸੋ ਕੇ ਵੇਲੇ ਤਾਂ ਸਾਰੇ ਭੰਗੜੇ ਪਾਉਂਦੇ ਨੇ ਜਦੋਂ ਕਿਤੇ ਆਪਣੀ ਘੜੀ ਬਣਦੀ ਆ ਉਦੋਂ ਚੰਗਾ ਰਿਸ਼ਤੇਦਾਰ ਚੰਗਾ ਇਨਸਾਨ ਚੰਗਾ ਸੱਜਣ ਮਿੱਤਰ ਪਰਖਿਆ ਜਾਂਦਾ ਕਿ ਜੋ ਅੱਜ ਰੰਧਾਵਾ ਪਰਿਵਾਰ ਹੈ ਦੁੱਖ ਦੀ ਘੜੀ ਬਣੀ ਆ ਕਿ 12-13 ਦਿਨ ਹਸਪਤਾਲਾਂ ਵਿੱਚ ਰਹਿੰਦੇ ਨੇ ਅਤੇ ਹੱਥ ਕਿਸੇ ਕੁਝ ਨਹੀਂ ਆਇਆ ਫਿਰ ਮੈਂ ਬੇਨਤੀ ਕਰਨਾ ਕਿ ਸਾਡੇ ਮੰਤਰੀ ਸਾਹਿਬ ਨਹੀਂ ਆਏ ਉਹਨਾਂ ਦੀ ਰਾਡੀ ਲਾਉਣਾ ਵਾ 20-25 ਮਿੰਟਾਂ ਤੱਕ ਆ ਜਾਣਾ ਵਾ ਖਾਸ ਕਰਕੇ ਮਹਿਕਮੇ ਨੂੰ ਬੇਨਤੀ ਪ੍ਰਵਾਨ ਕਰੇ ਮਹਿਕਮਾ ਪਰਿਵਾਰ ਵੱਲੋਂ ਵੀ ਸਾਡੀ ਪੰਚਾਇਤ ਵੱਲੋਂ ਵੀ ਕਿ ਜਦੋਂ ਵੀ ਤੁਸੀਂ ਪਿਆਲ ਭਰਦੇ ਹਾਂ ਪੋਸਟ ਕਰੋ ਵੀ ਕਾਕੇ ਨੂੰ ਹੋਰ ਦੀ ਨੌਕਰੀ ਮਿਲ ਸਕੇ ਨਿਸ਼ਾਨ ਸਿੰਘ ਨੇ ਤਾਂ ਮਾਨੀ ਲੱਖ ਯਤਨ ਕਰਾਂਗੇ ਨਾ ਕੋ ਆਇਆ ਇੱਥੇ ਗਿਆ ਨਾ ਕਿਸੇ ਨੇ ਆਉਣਾ ਪਰ ਆਉਣ ਵਾਲਾ ਸਮਾਂ ਜਿਹੜਾ ਵਾ ਉਹ ਇਹਨਾਂ ਵਾਸਤੇ ਕੋਈ ਸੁਖਾਲਾ ਲੰਘ ਜੂਗਾ ਭਾਵੇਂ ਕਿ ਦੁੱਖ ਜਿਹੜਾ ਜਿੰਨਾ ਮਰਜ਼ੀ ਵੰਡਾਈਏ ਪਰਿਵਾਰ ਦੇ ਨਾਲ ਪਰ ਮਾਪਿਆਂ ਨੂੰ ਦੁੱਖ ਨਹੀਂ ਭੁੱਲ ਸਕਦਾ ਸਾਡੇ ਕੋਲ ਬੇਨਤੀ ਕੀਤੀ ਜਾਂਦੀ ਆ ਕਿ ਨਿਸ਼ਾਨ ਸਿੰਘ ਦੇ ਪ੍ਰਸਾਦਾ ਪਾਣੀ ਬਣਿਆ ਉਹਨਾਂ ਦੇ ਨਾਲ ਸਾਰੇ ਸਾਕੇ ਜਾਣਾ ਵਾ ਬਾਹਰ ਭੁੱਖਾਂ ਲੱਗ ਜਾਂਦੀਆਂ ਵਾਹਿਗੁਰੂ ਸਾਹਿਬ ਜੀ ਸੁਰਖ ਮਹਲਾ ਨਵਾਂ ਯੋਗਾ ਦੁੱਖ ਵੈਰ ਪਰੀ ਮੰਗੈ ਸੁਖ ਸ੍ਰੀ ਮਹਿਰੀ ਜਾਗੈ ਕੰਚਨ ਵਾਕੀ ਮੰਗੈ ਯੋਗਾ ਦੁੱਖ ਸਤਿ ਨਾਮ ਜੀ ਵਾਹਿਗੁਰੂ ਆਏ